ਸਤ ਸ੍ਰੀ ਅਕਾਲ ਰਾਮ ਰਾਮ ਪ੍ਰਣਾਮ ਸਾਰਿਆਂ ਨੂੰ ਤੁਹਾਡਾ ਆਪ ਦਾ ਦੋਸਤ ਗੁਰਦੀਪ ਸਿੰਘ ਨਵੀਂ ਵੀਡੀਓ ਲੈ ਕੇ ਹਾਜ਼ਰ ਹੈ ਮੱਕੀ ਦੀ ਫਸਲ ਵਾਸਤੇ ਜਵਾਰ ਦੀ ਫਸਲ ਵਾਸਤੇ ਇਹ ਫਸਲਾਂ ਜਿਹੜੀਆਂ ਹੋਣ ਲੱਗੀਆਂ ਹਰੇ-ਚਾਰੇ ਦੀਆਂ ਤੇ ਜਿਹਨੇ ਵੀ ਮੱਕੀ ਲਾਈ ਹੈ ਪਰਪਜ ਵਾਸਤੇ ਵੀ ਆਪਾਂ ਵੇਚ ਕੇ ਇਹਨੂੰ ਪੈਸੇ ਕਮਾਈਏ ਇਨਕਮ ਵਾਸਤੇ ਆਪਦੇ ਇਨਕਮ ਵੜਾਉਣ ਵਾਸਤੇ ਤਾਂ ਸਾਥੀਓ ਮੱਕੀ ਦੇ ਵਿੱਚ ਕੀ ਪ੍ਰੋਬਲਮ ਆ ਰਹੀ ਹੈ ਮੱਕੀ ਦੇ ਵਿੱਚ 스트ੈਸ ਲੈਵਲ ਬਹੁਤ ਵੱਡਿਆ ਹੋਇਆ ਕਿਉਂਕਿ ਜਿਹੜੀਆਂ ਗਰਮ ਹਵਾਵਾਂ ਚੱਲ ਰਹੀਆਂ ਉਹਦੇ ਵਿੱਚ ਨਮੀ ਦੀ ਮਾਤਰਾ ਬਿਲਕੁਲ ਹੀ ਘਟ ਹੈ ਤੇ ਜਿਹੜੇ ਕਿਸਾਨ ਵੀਰਾਂ ਨੇ ਪਰਪਜ ਵਾਸਤੇ ਮੱਕੀ ਲਾਈ ਆ ਆਪਦੇ ਇਨਕਮ ਦੇ ਵਾਸਤੇ ਇਹ ਸੋਰਸ ਵਾਸਤੇ ਤੇ ਜਿਹੜੇ ਕਿਸਾਨਾਂ ਨੇ ਹਰੇਚਾਰੇ ਵਾਸਤੇ ਲਾਈ ਆ ਉਹਨਾਂ ਦੇ ਵਾਸਤੇ ਤਾਂ ਕੋਈ ਦਿੱਕਤ ਨਹੀਂ ਹੈ ਜਿਨ੍ਹਾਂ ਨੇ ਪਰਪਜ ਵਾਸਤੇ ਲਾਈ ਆ ਇਨਕਮ ਵਾਸਤੇ ਲਾਈ ਆ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਮੱਕੀ ਨੂੰ ਨਮੀ ਦੀ ਮਾਤਰਾ ਜ਼ਿਆਦਾ ਚਾਹੀਦੀ ਹੁੰਦੀ ਹੈ ਇਹ ਗਰਮ ਹਵਾਵਾਂ ਦੇ ਵਿੱਚ ਨਮੀ ਹੋਵੇ ਤਾਂ ਚੱਲ ਜਾਂਦਾ ਪਰੰਤੂ ਸੁਸ਼ਕ ਹਵਾਵਾਂ ਚੱਲ ਰਹੀਆਂ ਤਾਂ ਕਰਕੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਜਿੱਥੇ ਬੈਡਾਂ ਤੇ ਮੱਕੀ ਜਿਵੇਂ ਨਾਰਕੋਟਨ ਦੀ ਫਸਲ ਖਾਲੀਆਂ ਦੇ ਵਿੱਚ ਲੱਗਦੀ ਆ ਉਸ ਤਰੀਕੇ ਨਾਲ ਜਿਸ ਕਿਸ ਭਰਾ ਨੇ ਮੱਕੀ ਲਾਈ ਹੋਈ ਹੈ ਉੱਥੇ ਪਾਣੀ ਜ਼ਿਆਦਾ ਨਹੀਂ ਰੁਕਦਾ ਜਿਵੇਂ ਆਪਾਂ ਫਲੱਡ ਸਿਸਟਮ ਦੇ ਨਾਲ ਪਾਣੀ ਲਾ ਰਹੇ ਹਾਂ ਤੇ ਪੌਦ ਉਸ ਦੇ ਨਾਲ ਵੀ ਜ਼ਿਆਦਾ ਸਟ੍ਰੈਸ ਮਨਾ ਜਾਂਦਾ ਹੈ ਤਾਂ ਕਰਕੇ ਤੇ ਜਿਹੜੇ ਵੀ ਕਿਸਾਨ ਭਰਾਵਾਂ ਨੇ ਮੱਕੀ ਲਾਈ ਨੂੰ ਕੜ ਤੋਂ ਕੱਟ 55 ਦਿਨ ਹੋ ਗਏ ਤੇ ਹੁਣ ਵੀ ਉਹਦੇ ਵਿੱਚ ਯੂਰੀਆ ਦੇ ਰਹੇ ਆ ਲਗਾਤਾਰ ਕਿਸਾਨ ਸੋਚਦੇ ਕਿ ਯੂਰੀਆ ਦੇ ਨਾਲ ਠੰਡਕ ਦੀ ਮਾਤਰਾ ਵਧੂਗੀ ਠੰਡ ਵਧੂਗੀ ਪਰ ਯੂਰੀਆ ਦੇ ਨਾਲ ਕੋਈ ਇਹਦੇ ਵਿੱਚ ਠੰਡ ਨਹੀਂ ਵਧਣ ਵਾਲੀ ਉਹਦੇ ਨਾਲ ਸਟ्रेस ਪੈਦਾ ਹੋ ਰਿਹਾ ਪlant ਦੇ ਵਿੱਚ ਕਿਉਂਕਿ ਉਹਦੇ ਵਿੱਚ ਇਹ ਫਰੂਟ ਆਉਂਦਾ ਹੋਰ ਚੀਜ਼ਾਂ ਦੇ ਵਿੱਚ ਪਰ ਇਹਦੇ ਵਿੱਚ ਸਿੱਟਾ ਲੱਗਦਾ ਫਰੂਟ ਜਿਵੇਂ ਕੋਈ ਵੀ ਧਾਨ ਦੀ ਫਸਲ ਹੈ ਕੋਈ ਵੀ ਫਸਲ ਹੈ ਫਰੂਟ ਲੱਗਦਾ ਉਹਦੇ ਵਿੱਚ ਇਹਦੇ ਵਿੱਚ ਸਿੱਟਾ ਲੱਗਣਾ ਹੁੰਦਾ ਤਾਂ ਕਰਕੇ ਆਪਾਂ ਯੂਰੀਆ ਦੀ ਮਾਤਰਾ ਨਾ ਦਈਏ ਕਿਉਂਕਿ ਯੂਰੀਆ ਦੀ ਮਾਤਰਾ ਦਵਾਂਗੇ ਤਾਂ ਪਲਾਂਟ ਜਿਹੜਾ ਕੱਚਾ ਹੋ ਜੂਗਾ ਤੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਗਰਮ ਹਵਾਵਾਂ ਆਂਦੀਆਂ ਤੂਫਾਨ ਜਿਹੜੇ ਆਉਣੇ ਆ ਉਹਨਾਂ ਕਰਕੇ ਆਪਣੇ ਜਿਹੜਾ ਮੱਕੀ ਦੀ ਕ੍ਰੋਪ ਹੈ ਉਹ ਥੱਲੇ ਡਿੱਗ ਪਣੀ ਨੁਕਸਾਨ ਹੋ ਜਾਣਾ ਹੈ ਤੇ ਹੋਸ ਕੇ ਤਾਂ ਮੱਕੀ ਦੇ ਵਿੱਚ ਤੁਹਾਡੇ ਦਾਣੇ ਵੀ ਨਾ ਬਣ ਜਿਆਦੇ ਯੂਰੀਆ ਦਾ ਯੂਜ਼ ਕਰੋਗੇ ਤਾਂ ਦਾਣੇ ਵੀ ਨਹੀਂ ਬਣਨੇ ਤੇ ਆਪਣੇ दाणे ਨਾ ਵੱਢਣਗੇ ਤੇ ਆਪਾਂ ਕੀ ਪਰਪਸ ਲਵਾਂਗੇ ਇਨਕਮ ਨਹੀਂ ਹੋਣੀ ਉਸ ਤੋਂ ਆਪਣੇ ਯੂਰੀਆ ਦਾ ਯੂਜ਼ ਘੱਟ ਕਰੋ 55 ਤੋਂ 60 ਦਿਨ ਹੋ ਗਏ ਯੂਰੀਆ ਤੁਹਾਨੂੰ ਯੂਜ਼ ਕਰਦਿਆਂ ਨੂੰ ਤਾਂ ਯੂਜ਼ ਨਾ ਕਰੋ ਤੇ ਖਾਲੀਆਂ ਦੇ ਉੱਤੇ ਮੱਕੀ ਬੀਜੀ ਆ ਉਹਨਾਂ ਦੇ ਪਾਣੀ ਉਹਦੇ ਵਿੱਚ ਘੱਟ ਭਰ ਕੇ ਲੱਗਦਾ ਹੈ ਤਾਂ ਕਰਕੇ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪੈਣਾ ਪਲਾਂਟ ਸਟ੍ਰੈਸ ਦੇ ਵਿੱਚ ਨਹੀਂ ਆਊਗਾ ਸਭ ਤੋਂ ਬੜੀਆ ਵੀ ਦਵਾਈਆਂ ਬਾਜ਼ਾਰਾਂ ਦੇ ਵਿੱਚ ਬਹੁਤ ਚੱਲ ਰਹੀਆਂ ਕਹ ਰਹੇ ਆ ਕਿ ਇਹਦੇ ਨਾਲ ਮਤਲਬ ਵਾਤਾਵਰਣ ਦੇ ਵਿੱਚ ਨਮੀ ਬਣੀ ਰਹੂਗੀ ਪਰ ਮੰਨਦੇ ਆਪਾਂ ਦਵਾਈਆਂ 1% ਨਮੀ ਕਰ ਸਕਦੇ ਆਂ ਵੀ ਨਮੀ ਵਧਾ ਦੇਣੀ ਆ ਘਟਾ ਦੇਣੀ ਆ 1% ਤੇ ਆਪਾਂ ਨੂੰ ਥੋੜਾ ਬਹੁਤ ਫਾਇਦਾ ਹੋ ਜਾਊਗਾ ਪਰ ਫਾਇਦਾ ਉਹਨਾਂ ਨਾਲ ਹੋਣ ਵਾਲਾ ਨਹੀਂ ਇੰਨਾ ਆਪਾਂ ਖਰਚਾ ਲਾ ਦੇਾਂਗੇ ਤੇ ਸਟ੍ਰੈਸ ਲੈਵਲ ਜ਼ਿਆਦਾ ਵੜੂਗਾ ਮੇਰੇ ਮਾਈਂਡ ਦੇ ਅਨੁਸਾਰ ਦਵਾਈਆਂ ਪਾਉਣ ਦਾ ਉਹਨਾਂ ਦਾ ਕੋਈ ਤੁਕ ਨਹੀਂ ਜਿਹੜੇ ਬਜ਼ਾਰਾਂ ਦੇ ਵਿੱਚ ਚੱਲ ਰਹੀਆਂ ਇੰਨਾਂ ਤੋਂ ਵਧੀਆ ਤਾਂ ਕੋਈ ਆਪਦੇ ਆਸੇ-ਪਾਸੇ ਕੋਈ ਛਾੜਾਂ ਦੇ ਵਿੱਚ ਕਿਾਰੇ ਕੋਈ ਇੱਕ ਦੋ ਕਿਾਰੇ ਖਾਲੀ ਪਏ ਐ ਤਾਂ ਉਹਨਾਂ ਦੇ ਵਿੱਚ ਤੁਸੀਂ ਪਾਣੀ ਭਰ ਕੇ ਰੱਖ ਸਕਦੇ ਹੋ ਤਾਂਕਿ ਸੁਸਕ ਥੋੜੀ ਜੀ ਠੰਡੀ ਹਵਾ ਆਵੇ ਨਮੀ ਬਣੀ ਰਵੇ ਹਵਾ ਦੇ ਵਿੱਚ ਤਾਂ ਰਕੇ ਥੋੜੀ ਮੱਕੀ ਬਚ ਸਕਦੀ ਐ ਅਨੰਥਾ ਹੋਰ ਕੋਈ ਇਹਦੇ ਵਿੱਚ ਚਾਰਾ ਨਹੀਂ ਦਵਾਈਆਂ ਕੋਈ ਥੋੜੀ-ਬਹੁਤ ਫਰਕ ਪਾਉਂਦੀਆਂ ਥੋੜਾ-ਬਹੁਤ ਮਾਮੂਲੀ ਜਾਈ ਉਹਦੇ ਨਾਲ ਕੋਈ ਫਰਕ ਪੈਣ ਵਾਲਾ ਨਹੀਂ ਤੇ ਯੂਰੀਆ ਦੀ ਮਾਤਰਾ ਦਾ ਯੂਜ਼ ਨਾ ਕਰੋ ਮੇਰਾ ਹੀ ਕਹਿਣਾ ਹੈ ਸਾਰੇ ਕਿਸਾਨਾਂ ਨੂੰ ਆਹ ਵੀਡੀਓ ਨੂੰ ਅੱਗੇ ਤੋਂ ਅੱਗੇ ਭੇਜ ਦਿਓ ਜਿਹੜੇ ਕਿਸਾਨ ਦੇਖ ਰਹੇ ਆ ਵੀਡੀਓ ਨੂੰ